ਇਹ ਜੀ ਬਹੂ ਹੜਾਂ ਆਲੂ ਲਾਏ ਨੇ, ਪਹਿਲਾ ਪਾਣੀ ਲੱਗ ਗਿਆ ਬਹੂ ਹੜਾਂ ਕੋ, ਇਹਦੇ ਬਾਰੇ ਪੁੱਛਣੇ ਉਹ ਬੁੱਢੀ ਕਿਉਂ ਦੌੜੀ ਜਾਂਦੀ ਪਈ ਹੈ, ਕਿੱਥੇ ਗਈ ਏ ਇਹ ਦੌੜੀ ਜਾਂਦੀ ਆਲੂ ਜੀ, ਇਹ ਇੱਕ ਹੋੜ ਵੀ ਗਏ ਚਲਾਉਣੇ ਨੇ ਬਹੂ ਹੜਾਂ ਕੋ ਪੁੱਛਣੇ ਇਹਦੀ ਕਾਸ਼ਤ ਕਾਲੀ ਕਿਸ ਤਰ੍ਹਾਂ ਕਰੀ ਦੀ ਹੈ ਬਹੂ, ਇਹ ਬਹੂ ਵਾਲੀ ਨੇ ਵੀਡੀਓ ਜਦੋਂ ਵੀ ਬਣਾਉਂਦਾ ਨਾ ਵੜ ਜਾਣੀ ਤੇ ਸਾਨੂੰ ਨਹਾਉਣ ਧੋਣ ਨੀ ਦਿੰਦਾ ਵੀਡੀਓ ਬਣਾ ਤੇ ਅੱਜ ਸਵੇਰ ਦੇ ਅਸੀਂ ਜਨਾਬ ਆਲੂਆਂ ਨੂੰ ਪਾਣੀ ਲਾਇਆ ਸੀ ਮਾਸ਼ਾਅੱਲਾ ਇਸਮੀ ਬੀਜ ਲਾਇਆ ਤੇ ਅੱਜ 14 ਤਰੀਕ ਦਾ ਲਾਇਆ ਪਹਿਲੀ ਇਸਮੀ, ਅੱਜ ਉਹਨੂੰ ਪਹਿਲਾਂ ਪਾਣੀ ਲਾ ਦਿੱਤਾ ਅੱਲਾ ਦੀ ਮਿਹਰਬਾਨੀ ਨਾਲ ਉਂਗਰ ਗਿਆ ਅਤੇ ਅੱਲਾ ਦੇ ਫਜ਼ਲੋ ਕਰਮ ਨਾਲ 2-4 ਦਿਨ 'ਚ ਬਾਹਰ ਆ ਜਾਵੇਗਾ ਅਤੇ ਬਾਕੀ ਕੁਛ ਲੋਕ ਜਿਹੜੇ ਆਉਂਦੇ ਨੇ ਭਰਾ ਸਾਡੇ ਵਿਸ਼ਾਲਕੋਟ 'ਚ ਨਹੀਂ ਲੱਗਦੇ ਆਲੂ ਟਾਈਮ ਨਾਲ ਉਹ ਵੀ ਇਨਸ਼ਾਅੱਲਾ ਤਾਂ ਲੱਗ ਗਏ ਤਰੇ ਆਲੂ ਲਾਉਣ ਅਤੇ ਟੈਂਪਰੇਚਰ ਤੁਸੀਂ ਵੇਖ ਸਕਦੇ ਹੁਣ ਕੀ ਚੱਲਦਾ ਪਿਆ 36-37 ਚੱਲਦਾ ਅਤੇ ਉਹਦੇ ਬਾਵਜੂਦ ਵੀ ਅੱਲਾ ਦੀ ਮਿਹਰਬਾਨੀ ਨਾਲ ਅੰਗੂਰ ਫੜ ਗਿਆ ਅਤੇ ਉਂਝ ਅਸੀਂ ਸਵੇਰ ਦੇ ਦੋ ਬੰਦੇ ਜਿਹੜੇ ਉਹਨੇ ਪਾਣੀ ਲਾਉਂਦੇ ਪਏ ਅਤੇ ਹੁਣ ਅਸੀਂ ਬੜੇ ਬੈਠੇ ਹਾਂ ਸਾਹਿਬ ਨੂੰ ਅਤੇ ਹੋਰ ਮਜ਼ੀਦ ਕੋਈ ਕਮੈਂਟਸ ਕਰਨੇ ਹੁਣ ਪੁੱਛਣਾ ਇੱਕ ਚੀਜ਼ ਤਾਂ ਦੱਸੋ ਅਸੀਂ ਦੱਸਾਂਗੇ ਕਿਉਂ ਇਹਦੀ ਮੁੰਡੇ ਦੀ ਵੀ ਵੀਡੀਓ ਵਾਇਰਲ ਕਰੋ ਹੋਰ ਬਾਕੀ